ਸ਼ਾਇਦ ਯਮਰਾਜ ਸੁੱਤਾ ਹੋਣਾ ਜੋ ਇਸ ਸ਼ਖਸ ਦੀ ਬਚ ਗਈ ਜਾਨ। ਤਾਂ ਦੱਸ ਦਈਏ ਕਿ ਇਹ ਸਕੂਟੀ ਸਵਾਰ ਸੀ ਜਿਸ ਨੂੰ ਕਿ ਇੱਕ ਟਰਾਲੇ ਦੇ ਵੱਲੋਂ ਟੱਕਰ ਮਾਰੀ ਗਈ ਸੀ। ਤਾਂ ਟੱਕਰ ਇੰਨੀ ਭਿਆਨਕ ਸੀ ਕਿ ਟਰਾਲਾ ਸਕੂਟੀ ਨੂੰ ਕਈ ਮੀਟਰ ਤੱਕ ਘਸੀੜਦਾ ਹੋਇਆ ਲੈ ਜਾਂਦਾ। ਤਾਂ 500 ਮੀਟਰ ਤੱਕ ਇਹ ਘਸੀੜਦਾ ਹੋਇਆ ਲੈ ਜਾਂਦਾ ਹੈ ਅਤੇ ਫਿਰ ਵੀ ਇਸ ਸ਼ਖਸ ਦੀ ਜਾਨ ਬਚ ਜਾਂਦੀ ਹੈ। ਤਾਂ ਟਰਾਲੇ ਹੇਠ ਵੇਖ ਸਕਦੇ ਹੋ ਕਿ ਸਕੂਟੀ ਫਸੀ ਹੋਈ ਹੈ। ਕੀ ਹਾਲ ਇਸ ਸਕੂਟੀ ਦਾ ਹੋਇਆ ਹੈ ਅਤੇ ਇਸਦੇ ਅੰਜਰ ਪੰਜਰ ਵਿਖਰ ਗਏ ਨੇ। ਤਾਂ ਟੱਕਰ ਤੋਂ ਬਾਅਦ ਦੱਸ ਦਈਏ ਕਿ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਅਤੇ ਗਨੀਮਤ ਰਹੀ ਕਿ ਹਾਦਸੇ ਦੇ ਵਿੱਚ ਇਸ ਵਿਅਕਤੀ ਦੀ ਜਾਨ ਬਚ ਗਈ ਹੈ। ਤਾਂ ਮੌਕੇ 'ਤੇ ਪੁਲਿਸ ਦੇ ਵੱਲੋਂ ਵੀ ਪਹੁੰਚ ਕੀਤੀ ਜਾਂਦੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਐਕਟਿਵਾ ਚਾਲਕ ਆਪਣੇ ਕੰਮ ਧੰਦੇ ਦੇ ਲਈ ਜਾ ਰਿਹਾ ਸੀ। ਤਾਂ ਸਾਈਡ 'ਤੇ ਉਸਦੇ ਇੱਕ ਤੇਜ਼ ਰਫ਼ਤਾਰ ਟਰਾਲਾ ਆ ਰਿਹਾ ਹੁੰਦਾ। ਤਾਂ ਟਰਾਲਾ ਇੰਨਾ ਤੇਜ਼ ਸੀ ਕਿ ਉਸਦੀ ਹਵਾ ਦੇ ਨਾਲ ਇਹ ਐਕਟਿਵਾ ਡਿੱਗ ਡੋਲੇ ਖਾਣ ਲੱਗ ਜਾਂਦੀ ਹੈ ਅਤੇ ਐਕਟਿਵਾ ਚਾਲਕ ਵੀ ਫੁਰਤੀ ਦਿਖਾਉਂਦਾ ਹੋਇਆ ਉਸ ਤੋਂ ਛਲਾਂਗ ਮਾਰ ਜਾਂਦਾ ਹੈ ਅਤੇ ਫਿਰ ਜਿਹੜੀ ਉਸਦੀ ਐਕਟਿਵਾ ਹੁੰਦੀ ਹੈ ਉਸਨੂੰ ਟਰਾਲੇ ਵਾਲਾ 0.5 ਕਿਲੋਮੀਟਰ ਤੱਕ ਘਸੀੜਦਾ ਹੋਇਆ ਲੈ ਜਾਂਦਾ। ਕਾਫ਼ੀ ਸਮੇਂ ਬਾਅਦ ਟਰਾਲਾ ਚਾਲਕ ਨੂੰ ਪਤਾ ਲੱਗਦਾ ਹੈ ਕਿ ਉਸਦੇ ਵਾਹਨ ਹੇਠਾਂ ਜਿਹੜੀ ਸਕੂਟੀ ਫਸੀ ਹੋਈ ਹੈ ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਇਹ ਹਾਦਸਾ ਸੀ। ਤਾਂ ਹਾਦਸੇ ਤੋਂ ਬਾਅਦ ਉਸ ਚਾਲਕ ਨੂੰ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਅਤੇ ਉਸਦੇ ਮਾਮੂਲੀ ਸੱਟਾਂ ਹੀ ਆਈਆਂ ਸੀ। ਤਾਂ ਪੁਲਿਸ ਦੇ ਵੱਲੋਂ ਹੁਣ ਉਸਦੇ ਟਰਾਲੇ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਅਤੇ ਉਸ ਟਰਾਲਾ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਮੈਂ ਦੀਪਨਗਰ ਚੋਂ ਆਇਆ ਸੀ, ਇੱਧਰ ਮੈਂ ਗਰਾਈ ਲੈਣ ਜਾਂਦਾ ਸੀ ਭਾਈ, ਐਕਟਿਵਾ 'ਤੇ। ਕੀ ਹੋਇਆ? ਐਕਟਿਵਾ ਸਰ ਮੈਂ ਇੱਧਰ ਜਾ ਰਿਹਾ ਸੀਗਾ ਅਤੇ ਇੱਕ ਟਰੱਕ ਆਇਆ ਇੱਕਦਮ ਬਿਲਕੁਲ ਨਾਲ, ਅਤੇ ਹਵਾ ਨਾਲ ਕੰਟਰੋਲ 'ਚ ਨਹੀਂ ਹੋਈ ਸਕੂਟਰੀ, ਉੱਧਰ ਸਾਈਡ 'ਤੇ ਥੋੜ੍ਹਾ ਚੱਕਰ ਸੀ ਅਤੇ ਸਲਿੱਪ ਕਰਕੇ ਸਰ ਉਹਨੇ ਬਿਲਕੁਲ ਟਰੱਕ ਰੋਕਿਆ ਨਹੀਂ, ਵਿੱਚ ਵੜ ਗਈ ਮੇਰੀ ਸਕੂਟਰੀ ਅੰਦਰ। ਸੱਟਾਂ ਸਰ ਆਹ ਦੇਖੋ ਜੀ ਤੁਹਾਡੇ ਸਾਹਮਣੇ ਜੀ, ਬਾਕੀ ਪੈਰ 'ਤੇ ਮੇਰੇ ਮੋਚ ਆਈ ਵੀ ਹੈ ਜੀ, ਪੈਰ ਪੂਰੇ ਸਕੂਟਰੀ ਬਿਲਕੁਲ ਡੈਮੇਜ ਹੋ ਗਈ ਸਰ। ਕਿੰਨੀ ਦੂਰ ਤੱਕ ਲੈ ਕੇ ਖਿੱਚੀ ਉਹ? ਸਰ ਸਮਝ ਲਓ ਵਿਚਾਲੇ ਪੁਲ ਤੋਂ ਲੱਗ ਕੇ ਆ ਚੌਂਕ ਤੱਕ ਲੈ ਗਿਆ ਜੀ। ਹਾਂਜੀ ਨਹੀਂ ਜੀ ਬਿਲਕੁਲ ਨਹੀਂ ਪਤਾ ਚੱਲਿਆ ਜੀ। ਫਿਰ ਹੁਣ ਕਿੱਧਰ ਗਿਆ ਟੱਕ ਗਿਆ ਸਰ? ਕਿੱਥੇ ਆਉਣ ਬਚ ਗਿਆ ਉਹ ਵੀ ਕਿੱਥੇ? ਨਹੀਂ ਨਹੀਂ ਸਰ ਅਸੀਂ ਉੱਥੇ ਖੜੇ ਰਹੇ ਪੁਲ ਕੋਲ ਬਾਅਦ ਚ ਪਤਾ ਚੱਲਿਆ ਵੀ ਆ ਟਰੱਕ ਉਰੇ ਖੜਾ, ਅਸੀਂ ਵਾਪਸੀ ਆਏ ਜਦੋਂ ਮੇਰੇ ਰਿਸ਼ਤੇਦਾਰ ਆਏ ਮੈਨੂੰ ਲੈ ਕੇ, ਅਸੀਂ ਦੇਖਿਆ ਵੀ ਟਰੱਕ ਆ ਖੜਾ ਉਰੇ, ਲੇਕਿਨ ਡਰਾਈਵਰ ਭੱਜ ਗਿਆ ਸਰ। ਸਕੂਟਰੀ ਵਿੱਚ ਫਸੀ ਹੋਈ ਹੈ? ਹਾਂਜੀ। ਸਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਸ਼ੋਕ ਕੁਮਾਰ ਜੀ। ਕੀ ਹੋਇਆ ਅਸ਼ੋਕ ਕੁਮਾਰ ਜੀ? ਸਰ ਮੇਰਾ ਨਾ ਛੋਟਾ ਬ੍ਰਦਰ ਹੈ ਜੀ ਕ੍ਰਿਸ਼ਨ ਕੁਮਾਰ, ਉਹ ਬਠਿੰਡਾ ਤੋਂ ਇੱਥੇ ਬਾਦਲ ਵਾਲਾ ਪੁਲ ਚੜ੍ਹ ਕੇ ਇੱਧਰ ਅੱਗੇ ਪ੍ਰਾਈਵੇਟ ਜੋਬ ਕਰਦਾ ਅੱਗੇ ਕੰਮ ਜਾ ਰਿਹਾ ਸੀਗਾ, ਉਹ ਬਿਲਕੁਲ ਉੱਪਰ ਪੁਲ ਦੇ ਉੱਪਰ ਇਹ ਰਾਜਸਥਾਨ ਦੀ ਗੱਡੀ ਹੈ ਵੀ ਪਿੱਛੋਂ ਆ ਰਹੀ ਸੀ, ਐਂ ਨਹੀਂ ਪਤਾ ਕਿਸ ਤਰ੍ਹਾਂ ਉਹਨੇ ਲਪੇਟੇ 'ਚ ਲਿਆ ਅਤੇ ਉਹਨੂੰ ਨਾਲ ਘੜੀਸਿਆ ਕਾਫੀ ਦੂਰ, ਅਤੇ ਇਹ ਉਦੋਂ ਬਾਅਦ ਇਹ ਸਕੂਟਰੀ ਨੂੰ ਪੁਲ ਦੇ ਉੱਪਰੋਂ ਘੜੀਸਦਾ ਹੋਇਆ ਥੱਲੇ ਉੱਪਰ ਚੌਂਕ ਤੀਕਰ ਲੈ ਕੇ ਆਇਆ ਜੀ, ਅਤੇ ਉੱਥੇ ਗੱਡੀ ਵਾਲਾ ਗੱਡੀ ਛੱਡ ਕੇ ਭੱਜ ਗਿਆ, ਬਹੁਤ ਹੀ ਬੇਦਰਦੀ ਨਾਲ ਉਹਨੂੰ ਘੜੀਸਿਆ ਸਕੂਟਰੀ ਨੂੰ, ਸਕੂਟਰੀ ਵਿੱਚ ਫਸੀ ਹੋਈ ਆ, ਤੁਸੀਂ ਦੇਖ ਲਓ ਉਹਦੀਆਂ ਤਸਵੀਰਾਂ ਵਗੈਰਾ ਲੈ ਸਕਦੇ ਹੋ ਕੀ ਹਾਲ ਹੈ। ਬਰਦਰ ਦੇ ਸੱਟਾਂ ਲੱਗੀਆਂ ਹੈਗੀਆਂ ਜੀ, ਹੋਸਪਿਟਲ 'ਚ ਐਂਬੂਲੈਂਸ 'ਤੇ ਲੈ ਕੇ ਗਏ ਵੇ ਉਹਨਾਂ ਨੂੰ ਜੀ। ਜੀ ਸਰ ਕੀ ਨਾਮ ਹੈ ਤੁਹਾਡਾ, ਕਿਹੜਾ ਥਾਣਾ ਜੀ? ਮੈਂ ਬਲਵਿੰਦਰ ਸਿੰਘ ਜੀ, ਥਾਣਾ ਕਨਾਲ ਕਲੋਨੀ ਤੋਂ। ਕੀ ਕਹਿਣਾ ਚਾਹੁੰਦੇ ਕਿ ਐਕਸੀਡੈਂਟ ਹੋਇਆ? ਇਹ ਇੱਕ ਟਰੱਕ ਘੋੜਾ ਗਾ, ਇਹ ਇਧਰੋਂ ਬਠਿੰਡੇ ਸਾਈਡ ਤੋਂ ਆ ਰਿਹਾ ਸੀਗਾ ਅਤੇ ਕੋਈ ਸਕੂਟਰੀ ਵਾਲੇ ਨੂੰ ਸਾਈਡ ਓਵਰਟੇਕ ਕਰਦਾ ਸੀ ਜਾਂ ਇਹਦੀ ਜਾਂਚ ਚੱਲ ਰਹੀ ਹੈ, ਸਕੂਟਰੀ ਘੜੀਸਦਾ ਹੋਇਆ ਆਧਾ 0.25 ਕਿਲੋਮੀਟਰ ਤੋਂ ਘੜੀਸ ਕੇ ਲਿਆਇਆ ਹੈਗਾ, ਡਰਾਈਵਰ ਫਿਲਹਾਲ ਫਰਾਰ ਹੈ ਅਤੇ ਅਸੀਂ ਇਹਦੀ ਜਾਂਚ ਕਰ ਰਹੇ ਹਾਂ, ਬਣਦੀ ਕਾਰਵਾਈ ਜਿਹੜੀ ਉਹ ਅਮਲ 'ਚ ਲਿਆਵਾਂ। ਬੰਦਾ ਠੀਕ ਹੈ, ਉਹ ਬਿਲਕੁਲ ਸਹੀ ਹੈ, ਤੇਰਾ ਹਸਪਤਾਲ ਪਹੁੰਚਾਤਾ ਵੈਸੇ ਠੀਕ ਹੈ ਬੋਲਦਾ, ਬਣਦੀ ਜਿਹੜੀ ਕਾਰਵਾਈ ਉਹ ਅਮਲ 'ਚ ਲਿਆਵਾਂ।